ਜਲੰਧਰ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਚਾਲਕ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਲਿਆ। ਜਲੰਧਰ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਸਾਈਕਲ ਤੇ ਬਿਜਲੀ ਦਾ ਬਿੱਲ ਭਰਨ ਜਾ ਰਿਹਾ ਬਜ਼ੁਰਗ ਜਦੋਂ ਸੜਕ ਪਾਰ ਕਰਨ ਲੱਗਿਆ ਤਾਂ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਦਰੜ ਦਿੱਤਾ। ਪੁਲਿਸ ਨੇ ਬਜ਼ੁਰਗ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਅਤੇ ਟਰੱਕ ਚਾਲਕ ਜੋਗਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜੋਗਿੰਦਰ ਸਿੰਘ ਜੀ, ਕੀ ਗੱਲ ਹੋਈ ਜੀ? ਇਹ ਸੜਕ ਪਾਰ ਕਰਨ ਲੱਗੇ ਜੀ। ਕੌਣ? ਬੰਦਾ ਥੱਲੇ ਆਇਆ। ਅਤੇ ਤੁਸੀਂ ਟਰੱਕ 'ਤੇ ਆ ਰਹੇ ਸੀਗੇ? ਹਾਂਜੀ। ਤੁਸੀਂ ਕਿੱਥੋਂ ਆ ਰਹੇ ਸੀਗੇ ਅਤੇ ਕਿੱਥੇ ਜਾ ਰਹੇ ਸੀਗੇ? ਅਸੀਂ ਇੱਥੋਂ ਮੰਡੀ ਵੱਲੋਂ ਆ ਰਹੇ ਜੀ। ਕਿੱਥੇ ਜਾਂਦੇ? ਦਿੱਲੀ ਜਾਣਾ ਜੀ। ਅਤੇ ਜਿਹੜਾ ਬੰਦਾ ਮਰਿਆ ਵਾ ਹੋਸਪਿਟਲ, ਤੁਸੀਂ ਉਹਨੂੰ ਲੈ ਗਏ ਸੀ, ਆਪ ਲੈ ਗਏ ਸੀ? ਅਤੇ ਜਿਹੜਾ ਸਰ ਤੁਹਾਡਾ ਟਰੱਕ ਓਵਰਲੋਡ ਆ, ਇਹਦੇ ਬਾਰੇ ਤੁਹਾਡਾ ਹੀ ਕਹਿਣਾ? ਆਪਣਾ ਟਰੱਕ ਅੰਡਰਲੋਡ ਹੈ ਜੀ, ਓਵਰਲੋਡ ਹੈ ਜੀ ਪੂਰਾ। ਸਾਹਿਬ ਦੇਖ ਕੇ ਸਾਹਿਬ ਪਤਾ ਲੱਗ ਰਿਹਾ ਜੀ ਤੁਹਾਡਾ ਟਰੱਕ ਓਵਰਲੋਡ ਹੈਗਾ? ਓਵਰਲੋਡ ਕਿ ਨਹੀਂ ਜੀ, ਪੂਰਾ ਅੰਡਰਲੋਡ ਕੰਡਾ ਕਰਾ ਰਹੇ ਜੀ, ਕੋਈ ਗੱਲ ਜਿੰਨਾ ਪਾਸ ਉਹਨਾਂ ਮੰਨ ਲਿਆ। ਅੱਜ ਮੈਂ ਡਿਊਟੀ ਅਫਸਰ ਆ ਇਲਾਕੇ ਥਾਣੇ ਵਿੱਚ ਸੀਗਾ ਅਤੇ ਮੈਨੂੰ ਸਲਾਹ ਮਿਲੀ ਆ ਕਿ ਇੱਥੇ ਮਖੂਦਾ ਸਬਜ਼ੀ ਮੰਡੀ ਦੇ ਕੋਲ ਜੀ ਟੀ ਰੋਡ 'ਤੇ ਇੱਕ ਸੜਕ ਕ੍ਰਾਸ ਕਰਨ ਲੱਗਿਆ ਇੱਕ ਬਜ਼ੁਰਗ ਬੰਦਾ ਜਿਹੜਾ ਸਾਈਕਲ ਸਵਾਰ ਸੀਗਾ ਟਰੱਕ ਦੇ ਨਾਲ ਟਕਰਾ ਗਿਆ। ਸਰ ਮ੍ਰਿਤਕ ਦੀ ਪਛਾਣ ਹੋਈ ਕੌਣ ਸੀਗਾ? ਮ੍ਰਿਤਕ ਸ਼੍ਰੀ ਬਾਨੀ ਰਾਮ ਸੀਗੇ, 70 ਸਾਲ ਉਮਰ ਹੈ, ਸਾਨੂੰ ਬਰਖਾ ਰਾਮ ਮੋਤੀ ਨਗਰ ਦੇ ਹੈਗੇ, ਮਕਾਨ ਨੰਬਰ 269 ਇਹਨਾਂ ਦਾ, ਜਲੰਧਰ ਦੀ ਹੈ। ਲੋਕਾਂ ਇੱਥੇ ਬਿਜਲੀ ਦਾ ਬਿੱਲ ਤਾਰ ਕੇ ਆਏ ਸੀ, ਬਾਅਦ 'ਚ ਪਤਾ ਲੱਗਿਆ ਕਿ ਬਿੱਲ ਤਾਰ ਕੇ ਇਹਨਾਂ ਨੇ ਸੜਕ ਕ੍ਰਾਸ ਕਰਕੇ ਸਾਈਕਲ 'ਤੇ ਮੋਤੀ ਨਗਰ ਮੁਹੱਲੇ ਨੂੰ ਜਾਣਾ ਸੀਗਾ ਇਹਦੇ ਵਿੱਚ ਹੀ, ਅਤੇ ਉਹ ਟਰੱਕ ਦੀ ਲਪੇਟ ਵਿੱਚ ਆ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।